ਅੱਜ ਬਹੁਤ ਹੀ ਅਫਸੋਸ ਦੀ ਖਬਰ ਜਿਹੜੀ ਪੰਜਾਬ ਸਰਕਾਰ ਵੱਲੋਂ ਜਿਹੜਾ ਫੈਸਲਾ ਲਿਆ ਗਿਆ ਪੰਜਾਬ ਦੇ ਵਿੱਚ ਐਡਵੋਕੇਟ ਜਰਨਲ ਜਿਹੜਾ ਵਿਨੋਦ ਕੈਨੂ ਉੱਥੇ ਲਗਾਇਆ ਗਿਆ ਮੈਂ ਸਮਝਦਾ ਕਿ ਇਸ ਤੋਂ ਵੱਡਾ ਧੋਖਾ ਪੰਜਾਬ ਦੀ ਜਨਤਾ ਦੇ ਨਾਲ ਔਰ ਖਾਸ ਤੌਰ ਤੇ ਸਿੱਖ ਕਮਿਊਨਿਟੀ ਦੇ ਨਾਲ ਇਹ ਸਰਕਾਰ ਨਹੀਂ ਕਰ ਸਕਦੀ ਜਿਹੜੀ ਭਗਵੰਤ ਮਾਨ ਨੇ ਜਾਂ ਉਹਨਾਂ ਦੇ ਸੁਪਰ ਸੀਐਮ ਅਰਵਿੰਦ ਕੇਜਰੀਵਾਲ ਨੇ ਅੱਜ ਕੀਤਾ ਵਿਨੋਦ ਕਈ ਜਿਹੜਾ ਉਹ ਸ਼ਖਸ ਉਹ ਵਕੀਲ ਜਿਹੜਾ ਡੇਰਾ ਦਾ ਡੇਰਾ ਮੁਖੀ ਰਾਮ ਰਹੀਮ ਦਾ ਜਿਹੜਾ ਮੇਨ ਵਕੀਲ ਹੈ ਔਰ ਬਰਕਾੜੀ ਦੇ ਮਾਮਲੇ ਦੇ ਵਿੱਚ ਜਿਹੜਾ ਮੇਨ ਵਕਾਲਤਾ ਕਰਦਾ ਰਿਹਾ ਇਹਨਾਂ ਦੇ ਦੋਸ਼ਾਂ ਨੂੰ ਬਚਾਉਣ ਵਸੇ ਉਸ ਵਕੀਲ ਨੂੰ ਅੱਜ ਪੰਜਾਬ ਦਾ ਐਡਵੋਕੇਟ ਜਨਰਲ ਲਗਾ ਦੇਣਾ ਮੈਂ ਸਮਝਦਾ ਕਿ ਬਹੁਤ ਵੱਡਾ ਕੌਮ ਦੇ ਨਾਲ ਧੋਖਾ ਹੋਇਆ ਔਰ ਇਹ ਸ਼ਾਇਦ ਕੇਜਰੀਵਾਲ ਸਾਹਿਬ ਭੁੱਲ ਰਹੇ ਨੇ ਕੀ ਕੌਮ ਹਲੇ ਸੁੱਤੀ ਨਹੀਂ ਐ ਕੌਮ ਜਾਗਦੀ ਐ ਔਰ ਇਹ ਫੋਜਾ ਗੁਨਾਹ ਤੁਹਾਨੂੰ ਅਸੀਂ ਕਰਨ ਨਹੀਂ ਦਿਆਂਗੇ ਅਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਉਹਨਾਂ ਸੰਤ ਸਮਾਜ ਉਹਨਾਂ ਪੰਥਦਰਦੀਆਂ ਨੂੰ ਨਾਲ ਲੈ ਕੇ ਇਹ ਵਫਦ ਲੈ ਕੇ ਗਵਰਨਰ ਸਾਹਿਬ ਕੋਲ ਜਾਵਾਂਗੇ ਔਰ ਇਸ ਗੱਲ ਦੇ ਉੱਤੇ ਸੁਨਿਸ਼ਚਿਤ ਕਰਾਵਾਂਗੇ ਕਿ ਇਹਦੇ ਉੱਤੇ ਮੋਰਨਾ ਲੱਗ ਸਕੇ ਕਿਉਂਕਿ ਜਿਸ ਬੰਦੇ ਨੂੰ ਤੁਸੀਂ ਫੜਨ ਵਸੇ ਜਿਨ੍ਹਾਂ ਨੂੰ ਦੋਸ਼ੀਆਂ ਨੂੰ ਸਜ਼ਾ ਦੇਣ ਵਾਸਤੇ ਤੁਸੀਂ 24-24 ਘੰਟੇ ਦੀ ਗੱਲ ਕੀਤੀ ਸੀ ਆਪਣੀ ਚੋਣਾ ਦੇ ਵਿੱਚ ਅੱਜ ਉਹਨਾਂ ਨੂੰ ਬਚਾਉਣ ਵਾਸਤੇ ਸਿੱਧਾ ਡੇਰਾ ਮੁਖੀ ਨੂੰ ਤੁਸੀਂ ਜਿਹੜਾ ਅੱਜ ਐਡਵੋਕੇਟ ਜਨਰਲ ਆ ਰਹੇ ਹੋ ਮੈਂ ਸਮਝਦਾ ਕਿ ਇਸ ਤੋਂ ਵੱਡਾ ਧੋਖਾ ਕੋਈ ਬੰਦਾ ਕਿਸੇ ਦੇ ਨਾਲ ਨਹੀਂ ਦੇ ਸਕਦਾ ਜੋ ਤੁਸੀਂ ਅੱਜ ਪੰਜਾਬ ਦੀ ਸਟੇਟ ਦੇ ਨਾਲ ਦਿੱਤਾ ਹੈ ਅਰਵਿੰਦ ਕੇਦਰੀਵਾਲ ਜੀ ਔਰ ਭਗਵੰਤ ਮਾਨ ਜੀ ਸ਼ਾਇਦ ਤੁਸੀਂ ਵੀ ਜਾਗ ਜਾਓ ਕਿਉਂਕਿ ਤੁਹਾਡੇ ਉੰਦੇ ਹੋਏ ਇਹ ਕੰਮ ਜਿਹੜੇ ਤੁਹਾਡੇ ਨਾਂਖ ਥੱਲੇ ਤੁਹਾਡੇ ਕੋਲ ਕਰਾਏ ਜਾ ਰਹੇ ਨੇ ਮੈਂ ਸਮਝਦਾ ਕਿ ਇਹ ਸਿੱਖ ਵਿਰੋਧੀ ਨੇ ਔਰ ਇਹਨਾਂ ਦੇ ਉੱਤੇ ਤੁਹਾਨੂੰ ਵੀ ਸੁਚੇਤ ਹੋਣ ਦੀ ਲੋੜ ਹੈ ਸੋ ਇਸ ਗੱਲ ਦੇ ਉੱਤੇ ਮੈਂ ਪੰਜਾਬ ਵਾਸੀਆਂ ਨੂੰ ਵੀ ਔਰ ਖਾਸ ਤੌਰ ਤੇ ਸਿੱਖ ਕਮਿਊਨਿਟੀ ਦੇ ਸਾਰੇ ਆਪਣੇ ਭਰਾਵਾਂ ਨੂੰ ਕਵਾਂਗਾ ਕਿ ਸਾਨੂੰ ਸਾਰਿਆਂ ਨੂੰ ਸੁਚੇਤ ਹੋਣ ਦੀ ਲੋੜ ਹੈ ਕਿ ਅੱਜ ਗੁਰੂਗ੍ਰਾਂਸਾ ਮਹਾਰਾਜ ਦੇ ਦੋਖਿਆਂ ਨੂੰ ਬਚਾਉਣ ਵਾਲਿਆਂ ਨੂੰ ਅੱਜ ਜਿੱਥੇ ਪੰਜਾਬ ਦਾ ਐਡਵੋਕੇਟ ਜਨਰਲ ਆਇਆ ਜਾ ਸਕਦਾ ਹੈ ਇਹ ਕੱਲ ਕੁਝ ਵੀ ਸਾਡੇ ਨਾਲ ਕਰ ਸਕਦੇ ਨੇ ਸੋ ਸਾਰਿਆਂ ਨੂੰ ਅਪੀਲ ਕਰਦੇ ਆਂ ਕਿ ਸਾਰੇ ਇਕੱਠੇ ਹੋਈਏ ਔਰ ਇਸ ਗੱਲ ਦੇ ਉੱਤੇ ਹੱਲਾ ਮਾਰੀਏ ਕਿ ਐਸੇ ਕੰਮ ਨੂੰ ਆਪਾਂ ਰੋਕ ਸਕੀਏ